प्यारे बच्चों सत श्री अकाल ਤੁਸੀਂ ਸਾਰਿਆਂ ਨੇ ਆਪਣਾ ਜੁਲਾਈ ਅਗਸਤ ਮਹੀਨੇ ਦਾ ਸਿਲੇਬਸ ਪੂਰਾ ਕਰ ਲਿਆ ਹੋਵੇਗਾ ਹੁਣ ਆਪਾਂ ਜੁਲਾਈ ਅਤੇ ਅਗਸਤ ਮਹੀਨੇ ਵਿੱਚ ਕਿਤੇ ਪਾਠਾਂ ਦੀ ਦੁਹਰਾਈ ਕਰਾਂਗੇ ਅੱਜ ਪਾਠ 7 ਬਾਲ ਖੇਡਾਂ ਕਵਿਤਾ ਜੋ ਮਨਮੋਹਨ ਸਿੰਘ ਦਾਊ ਜੀ ਦੁਆਰਾ ਲਿਖੀ ਗਈ ਹੈ ਉਸ ਦਾ ਅਭਿਆਸ ਕਰਦੇ ਹਾਂ ਬੱਚਿਓ ਇਸ ਕਵਿਤਾ ਵਿੱਚ ਕਵੀ ਬਾਲ ਖੇਡਾਂ ਦਾ ਜ਼ਿਕਰ ਕਰਦੇ ਹੋਏ ਦੱਸਦੇ ਹਨ ਕਿ ਭੋਲੇ ਭਾਲੇ ਬੱਚੇ ਰਲ ਮਿਲ ਕੇ ਦੁਨੀਆ ਤੋਂ ਬੇਪਰਵਾ ਆਪਣੀ ਹੀ ਮਸਤੀ ਵਿੱਚ ਖੇਡਾਂ ਖੇਡਦੇ ਨੱਚਦੇ ਟੱਪਦੇ ਖੁਸ਼ੀ ਵਿੱਚ ਰੌਲਾ ਪਾਉਂਦੇ ਹਨ ਬੱਚੇ ਜੋ ਮਨ ਦੇ ਸੱਚੇ ਝਟ ਹੀ ਇੱਕ ਦੂਜੇ ਦੇ ਦੋਸਤ ਬਣ ਰਲ ਮਿਲ ਕਈ ਖੇਡਾਂ ਖੇਡਦੇ ਜਿਵੇਂ ਲੁੱਕਣ ਮਿੱਚੀ ਕੋਟਲਾ ਛਪਾਕੀ ਪਿੱਠੂ ਪੀਚੋ ਰੱਸੀ ਟੱਪਾ ਕਬੱਡੀ ਆਦ ਲੋਕ ਖੇਡਾਂ ਖੇਡਦੇ ਤੇ ਆਨੰਦ ਮਾਣਦੇ ਹਨ ਕਵੀ ਵੀ ਆਪਣਾ ਬਚਪਨ ਯਾਦ ਕਰਦਾ ਹੈ ਕਿ ਖੇਡਾਂ ਖੇਡ ਕੇ ਕਿੰਨਾ ਨਜ਼ਾਰਾ ਹੁੰਦਾ ਸੀ ਹੁਣ ਆਪਾਂ ਸਭ ਤੋਂ ਪਹਿਲਾਂ ਪ੍ਰਸ਼ਨ ਉੱਤਰਾਂ ਦਾ ਅਭਿਆਸ ਕਰਾਂਗੇ ਪ੍ਰਸ਼ਨ 1 ਰਾਲ ਮਿਲ ਕੇ ਪੋਲੇ ਪਾਲੇ ਬੱਚੇ ਕੀ ਕਰਦੇ ਹਨ ਹਾਂਜੀ ਰਾਲ ਮਿਲ ਕੇ ਪੋਲੇ ਪਾਲੇ ਬੱਚੇ ਖੇਡਾਂ ਖੇਡਦੇ ਹਨ ਪ੍ਰਸ਼ਨ 2 ਬਾਲ ਖੇਡਾਂ ਕਵਿਤਾ ਵਿੱਚ ਕਿਹੜੀਆਂ-ਕਿਹੜੀਆਂ ਖੇਡਾਂ ਦਾ ਜ਼ਿਕਰ ਆਇਆ ਹੈ ਬਾਲ ਖੇਡਾਂ ਕਵਿਤਾ ਵਿੱਚ ਲੁੱਕਣ ਮਿੱਚੀ ਕੋਟਲਾ ਛਪਾਕੀ ਕੁੱਕਾ ਕਾਂਗੜੀ ਕਬੱਡੀ ਪਿੱਠੂ ਅੰਨਾ ਝੋਟਾ ਪੀਚੋ ਲੂਣ ਮਧਾਣੀ ਪੰਡਾ ਪੰਡਾਰੀਆ ਰੱਸੀ ਟੱਪਾ ਤੇ ਗੀਟੇ ਆਦ ਖੇਡਾਂ ਦਾ ਜ਼ਿਕਰ ਆਇਆ ਹੈ ਕਵਿਤਾ ਅਨੁਸਾਰ ਕੁੜੀਆਂ ਕਿਹੜੀਆਂ ਕਿੜੀਆਂ ਖੇਡਾਂ ਖੇਡਦੀਆਂ ਹਨ ਕਵਿਤਾ ਅਨੁਸਾਰ ਕੁੜੀਆਂ ਰੱਸੀ ਟੱਪਾ ਅਤੇ ਗੀਟੇ ਖੇਡਦੀਆਂ ਹਨ। ਪ੍ਰਸ਼ਨ 4 ਕਵੀ ਆਪਣੇ ਬਚਪਨ ਨੂੰ ਕਿਉਂ ਯਾਦ ਕਰਦਾ ਹੈ? ਕਵੀ ਉੱਤਰ ਕਵੀ ਆਪਣੇ ਬਚਪਨ ਨੂੰ ਇਸ ਲਈ ਯਾਦ ਕਰਦਾ ਹੈ ਕਿਉਂਕਿ ਬਚਪਨ ਵਿੱਚ ਇਹਨਾਂ ਖੇਡਾਂ ਨੂੰ ਖੇਡ ਕੇ ਬਹੁਤ ਹੀ ਨਜ਼ਾਰਾ ਹੁੰਦਾ ਸੀ। ਇਸ ਤੋਂ ਬਾਅਦ ਹੁਣ ਅਸੀਂ ਕਰਾਂਗੇ ਅਗਲਾ ਪ੍ਰਸ਼ਨ ਹੈ ਹੇਠ ਲਿਖੀਆਂ ਕਾਵ ਸਤਰਾਂ ਪੂਰੀਆਂ ਕਰੋ ਹਾਂਜੀ ਬੇਟਾ ਪਹਿਲੀ ਕਾਵ ਸਤਰ ਹੈ ਨੱਚਣ ਟੱਪਣ ਮਾਰਨ ਤਾੜੀ ਹਾਂਜੀ ਨੱਚਣ ਟੱਪਣ ਮਾਰਨ ਤਾੜੀ ਬਣ ਜਾਂਦੇ ਝਟ ਪੱਕੇ ਆੜੀ ਇੱਕ ਦੂਜੇ ਨੂੰ ਹਾਕਾ ਮਾਰਨ ਸਾਤ ਮੜਿੱਕ ਕੇ ਦਾਈ ਤਾਰਣ ਨਿਮਨ ਲਿਖਤ ਕਾਵ ਸਤਰਾਂ ਦੀ ਵਿਆਖਿਆ ਕਰੋ ਕਦੇ ਪਿੱਠੂ ਦੀ ਖੇਡ ਰਚਾਵਣ ਗੇਂਦ ਮਾਰ ਕੇ ਪਿੱਠੂ ਟਾਵਣ ਅੰਨਾ ਝੋਟਾ ਬਣ ਬਣ ਭੱਜਣ ਪੀਚੋ ਖੇਡ ਕੇ ਕਦੇ ਨਰਜਣ ਉੱਤਰ ਬੱਚੇ ਕਦੇ ਪਿੱਠੂ ਗਰਮ ਦੀ ਖੇਡ ਖੇਡਦੇ ਹਨ ਅਤੇ ਗੇਂਦ ਮਾਰ ਕੇ ਪਿੱਠੂ ਨੂੰ ਢੋਂਦੇ ਹਨ ਉਹ ਕਦੇ ਅੰਨਾ ਝੋਟਾ ਬਣ-ਬਣ ਭੱਜਦੇ ਹਨ ਅਤੇ ਕਦੇ ਪੀਟੋ ਖੇਡਦੇ ਹਨ ਪਰ ਉਹਨਾਂ ਦਾ ਮਨ ਖੇਡਾਂ ਖੇਡ ਕੇ ਨਹੀਂ ਵਰਦਾ ਮਿਲਾਨ ਕਰੋ ਲੁੱਕਣ ਮਿੱਟੀ ਪੁੰਡਾ ਪੰਡਾਰੀਆ ਰੱਸੀ ਟੱਪਾ ਇਹ ਸਾਰੀਆਂ ਲੋਕ ਖੇਡਾਂ ਦਾ ਜ਼ਿਕਰ ਇੱਕ ਪਾਸੇ ਹੈ ਅਤੇ ਉਹਨਾਂ ਦੇ ਬਿਲਕੁਲ ਸਾਹਮਣੇ ਉਹਨਾਂ ਨਾਲ ਸੰਬੰਧਿਤ ਸ਼ਬਦ ਜਿਵੇਂ ਟਾਵਣ ਨੱਸਣ ਕੁੜੀਆਂ ਤੇ ਬੋਝ ਹੁਣ ਅਸੀਂ ਲੁੱਕੜ ਮਿੱਟੀ ਜਿਹੜਾ ਸ਼ਬਦ ਹੈ ਇਸ ਨਾਲ ਸੰਬੰਧਿਤ ਸ਼ਬਦ ਲੱਭਣਾ ਹੈ ਸਾਹਮਣੇ ਉਸ ਲਈ ਅਸੀਂ ਕਵਿਤਾ ਦੀਆਂ ਸਤਰਾਂ ਯਾਦ ਕਰਾਂਗੇ ਲੁੱਕੜ ਮਿੱਟੀ ਖੇਡ ਦੇ ਨਸਣ ਹਾਜੀ ਲੁੱਕੜ ਮਿੱਟੀ ਨੂੰ ਅਸੀਂ ਨਸਣ ਨਾਲ ਮਿਲਾਵਾਂਗੇ ਪਿੱਠੂ ਟਾਵਣ ਪਿੱਠੂ ਨੂੰ ਟਾਵਣ ਨਾਲ ਪੰਡਾ ਪੰਡਾਰੀਆ ਕਿੰਨਾ ਕੁ ਬੋਝ ਇਸ ਕਰਕੇ ਪੰਡਾ ਪੰਡਾਰੀਆ ਨੂੰ ਬੋਝ ਸ਼ਬਦ ਨਾਲ ਮਿਲਾਵਾਂਗੇ ਪੰਡਾ ਪੰਡਾਰੀਆ ਸ਼ਬਦ ਖੇਡ ਨਾਲ ਸੰਬੰਧਿਤ ਸ਼ਬਦ ਹੈ ਬੋਝ ਰੱਸੀ ਟੱਪਾ ਕੁੜੀਆਂ ਖੇਡਣ ਹਾਂ ਜੀ ਰੱਸੀ ਟੱਪਾ ਕੌਣ ਖੇਡਦੀਆਂ ਨੇ ਕੁੜੀਆਂ ਇਸ ਤਰ੍ਹਾਂ ਰੱਸੀ ਟੱਪਾ ਨੂੰ ਅਸੀਂ ਕੁੜੀਆਂ ਨਾਲ ਮਿਲਾ ਦੇਵਾਂਗੇ ਸਮਾਨਾਰਥੀ ਸ਼ਬਦ ਬਿਟਾ ਸਮਾਨਾਰਥੀ ਸ਼ਬਦ ਉਹ ਸ਼ਬਦ ਨੇ ਜਿਨ੍ਹਾਂ ਦੇ ਇੱਕੋ ਜਿਹੇ ਅਰਥ ਨਿਕਲਦੇ ਹੋਣ ਜਿਵੇਂ ਬੱਚੇ ਹੁਣ ਬੱਚੇ ਜਿਹੜਾ ਸ਼ਬਦ ਹੈ ਬਿਲਕੁਲ ਉਹ ਅਰਥ ਵਾਲੇ ਅਸੀਂ ਜਿਹੜੇ ਹੋਰ ਸ਼ਬਦ ਜਿਹੜੇ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਚ ਵਰਤਦੇ ਆ ਉਹ ਅਸੀਂ ਲਿਖਨੇ ਨੇ ਬੱਚਿਆਂ ਨੂੰ ਅਸੀਂ ਹੋਰ ਕੀ ਕੀ ਨਾਮਾਂ ਨਾਲ ਪੁਕਾਰਦੇ ਆ ਨਿਆਣੇ ਬਾਲ ਸ਼ਿਸ਼ੂ ਜਾਂ ਜਾਤਕ ਨੰਬਰ 2 ਆੜੀ ਆੜੀ ਮਤਲਬ ਦੋਸਤ ਮਿੱਤਰ ਤੇ ਬੇਲੀ ਨਸਨ ਨਸਨ ਉਸੇ ਹੋਰ ਕਿਹੜੇ ਕਿਹੜੇ ਸ਼ਬਦਾਂ ਨਾਲ ਪੁਕਾਰਦੇ ਹਨ ਨਸਨ ਦਾ ਅਰਥ ਜਿਵੇਂ ਭਜਨ ਦੋੜਨ ਨਸਨ ਦੇ ਸਮਾਨਾਰਥਿਕ ਸ਼ਬਦ ਨੇ ਤਰਤੀ ਤਰਤੀ ਨੂੰ ਹੋਰ ਕਿਹੜੇ ਕਿਹੜੇ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ ਭੋਂ ਜ਼ਮੀਨ ਅਤੇ ਤਰਾਤਲ ਲੱਭਣ ਪਾਲਣ ਖੋਜਣ ट्डन शाम आथन तकाला, संज, धन्यवाद